ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਰਣਦੇਵ ਸਿੰਘ ਦੇਬੀ ਨੇ ਨੂਰ ਮਹਿਲ ਹੋਟਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਆਦਮਪੁਰ ਨੇੜੇ ਸਥਿਤ ਯੂਨੀਵਰਸਲ ਕਾਲਜ ਦੇ ਚੇਅਰਮੈਨ ਵਿਰੁੱਧ ਦੋਸ਼ ਲਗਾਉਂਦਿਆਂ ਦੱਸਿਆ ਕਿ ਹੁਣ ਇਹ ਕਾਲਜ ਕਥਿਤ ਤੌਰ 'ਤੇ ਆਪਣੀ ਇੱਜ਼ਤ ਬਚਾਉਣ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਦੇ ਲਈ ਕਾਲਜ ਵਿੱਚ ਪੜ੍ਹ ਚੁੱਕੇ ਵਿਦਿਆਰਥੀ ਗੁਰਜੰਟ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਪਿੰਡ ਤਲਾਣੀਆਂ ਦਾ ਭਵਿੱਖ ਵੀ ਦਾਅ 'ਤੇ ਲਗਾਉਣ ਦੇ ਲਈ ਤਿਆਰ ਹੋ ਚੁੱਕਾ ਹੈ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਕਤ ਵਿਦਿਆਰਥੀ ਨੂੰ ਸਰਟੀਫਿਕੇਟ ਦੇਣ ਦੇ ਕਥਿਤ ਲਾਰੇ ਲਾਉਣ ਵਾਲੇ ਚੇਅਰਮੈਨ ਨੇ ਕਥਿਤ ਤੌਰ 'ਤੇ ਹੁਣ ਉਸ ਲੜਕੇ ਨੂੰ ਆਪਣੇ ਕਾਲਜ ਦਾ ਅਤੀਤ ਵਿੱਚ ਵਿਦਿਆਰਥੀ ਮੰਨਣੋਂ ਅਤੇ ਉਸਦੇ ਵੱਖ ਵੱਖ ਜਮਾਤਾਂ ਦੇ ਅਸਲ ਸਰਟੀਫਿਕੇਟ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸਰਦਾਰ ਦੇਬੀ ਨੇ ਦਾਅਵਾ ਕੀਤਾ ਹੈ ਕਿ ਉਕਤ ਕਾਲਜ ਵੱਲੋਂ ਉਸ ਵਿਦਿਆਰਥੀ ਤੋਂ ਦੋ ਸਮੈਸਟਰਾਂ ਦੀ ਫੀਸ ਦੇ ਤੌਰ 'ਤੇ ਵਸੂਲ ਕੀਤੇ ਗਏ 4200 ਰੁਪਏ ਦੀ ਕੋਈ ਰਸੀਦ ਵੀ ਨਹੀਂ ਦਿੱਤੀ ਗਈ ਸੀ, ਜਿਸ ਨੂੰ ਆਪਣੇ ਪੱਖੀ ਸਬੂਤ ਸਮਝ ਕੇ ਉਕਤ ਚੇਅਰਮੈਨ ਇਸੇ ਗੱਲ ਨੂੰ ਆਧਾਰ ਬਣਾ ਰਹੇ ਨੇ ਕਿ ਭਵਿੱਖ ਵਿੱਚ ਵੀ ਉਹ ਵਿਦਿਆਰਥੀ ਕਿਵੇਂ ਸਾਬਿਤ ਕਰੇਗਾ ਕਿ ਉਹ ਇਸ ਕਾਲਜ ਵਿੱਚ ਪੜ੍ਹ ਚੁੱਕਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਕਾਲਜ ਚੇਅਰਮੈਨ ਨੇ ਵਿਦਿਆਰਥੀ ਦੀ ਪੂਰੀ ਜ਼ਿੰਦਗੀ ਦੀ ਪੂੰਜੀ ਉਸਦੇ ਸਰਟੀਫਿਕੇਟ ਦੇ ਕੇ ਮੁਆਫ਼ੀ ਨਾ ਮੰਗੀ ਤਾਂ ਉਹ ਜਲਦੀ ਕਾਲਜ ਦੇ ਗੇਟ ਅੱਗੇ ਧਰਨੇ ਉੱਤੇ ਬੈਠ ਜਾਣਗੇ, ਜਿਸ ਦੀ ਜ਼ਿੰਮੇਵਾਰੀ ਕਾਲਜ ਪ੍ਰਬੰਧਕਾਂ ਦੀ ਹੋਵੇਗੀ। ਮੈਂ ਇਹ ਸਰਟੀਫਿਕੇਟਾਂ ਦੀ ਉਮੰਗ ਕਰਦਾ ਪਿਆ ਸੀ ਜਦੋਂ ਮੈਂ ਲੱਗੇ ਤੇ ਇਹਨਾਂ ਨੇ ਮੇਰੇ ਤੋਂ ਵਜ਼ੀਫੇ ਦੇ ਫਾਰਮ ਭਰਾਏ ਅਤੇ ਇਹਨਾਂ ਨੇ ਮੇਰੇ ਤੋਂ ਸਰਟੀਫਿਕੇਟਾਂ ਦੀ ਮੰਗ ਕੀਤੀ ਵੀ ਸਕੈਨ ਕਰਨੇ ਨੇ ਜੀ ਓਰੀਜਨਲ ਸਰਟੀਫਿਕੇਟ ਹੀ, ਤਾਂ ਮੈਂ ਆਪਣੇ ਇਹਨਾਂ ਨੂੰ ਦੇਤੇ ਜੀ ਸਰਟੀਫਿਕੇਟ। ਕਿਹੜੀ ਕਿਹੜੀ ਕਲਾਸ ਦੇ? 10ਵੀਂ ਅਤੇ 12ਵੀਂ ਦੇ ਓਰੀਜਨਲ ਨੇ ਜਿਹੜੇ। ਜਦੋਂ ਹੁਣ ਮੈਂ ਇਹਨਾਂ ਤੋਂ ਵਾਪਸ ਮੰਗ ਰਿਹਾ ਤਾਂ ਇਹਨਾਂ ਨੇ ਮੇਰੇ ਤੋਂ ਕਿਹਾ ਵੀ ਇਹ ਪਹਿਲਾਂ ਫੀਸ ਭਰੋ ਜੀ 18,000 ਰੁਪਏ, ਉਹ ਤੋਂ ਬਾਅਦ ਆਪਣੇ ਸਰਟੀਫਿਕੇਟ ਦੇ। ਇਹੀ ਬਸ ਕਾਲਜ ਦਾ ਡਾਕੂਮੈਂਟ ਵੀ ਲੈਣ ਵਾਸਤੇ ਕਾਫੀ ਵਾਰੀ ਗਿਆ ਸੀ ਮੈਂ, ਜੋ ਕਿ ਇਹੀ ਬਸ ਵੀ ਪੈਸੇ 18,000 ਰੁਪਏ ਬਣਦੇ ਜੋ ਕਿ ਬਿਲਕੁਲ ਨਹੀਂ ਹਨ, ਅਤੇ ਦਿਹਾੜੀ ਕਰਨ ਵਾਸਤੇ ਮੈਨੂੰ ਕਹਿੰਦੇ ਜੀ 2 ਮਹੀਨੇ ਜੀ। ਅੱਛਾ, 2016 'ਚ ਲਿਆ ਸੀ ਯੂਨੀਵਰਸਲ ਗਰੁੱਪ ਆਫ ਕਾਲਜ, ਉੱਥੇ ਬੀ ਏ ਕਰ ਰਹੇ ਸੀ। ਕਿੰਨਾ ਟਾਈਮ ਪੜ੍ਹੇ? 1 ਸਾਲ ਲਏ ਪੂਰਾ ਜੀ। ਫੀਸ ਵੀ ਜਮ੍ਹਾਂ ਕਰਵਾਈ? ਫੀਸ 1000 ਰੁਪਏ ਪਹਿਲਾਂ ਐਡਮਿਸ਼ਨ ਮਿਲੀ ਦਿੱਤਾ, ਫਿਰ 2100 ਰੁਪਏ 6-6 ਮਹੀਨੇ ਬਾਅਦ ਦਿੱਤਾ ਜੀ 2 ਸਮੈਸਟਰਾਂ ਦੀ। ਉਹਦੀ ਕੋਈ ਰਸੀਦ ਦਿੱਤੀ ਤੁਹਾਨੂੰ? ਰਸੀਦ ਕੋਈ ਨਹੀਂ ਦਿੱਤੀ। ਕੀ ਮੰਗ ਕਰਦੇ ਹੋ ਤੁਸੀਂ? ਬਾਈ ਇਹ ਡਾਕੂਮੈਂਟ ਮਿਲ ਜਾਣੇ ਬਸ। ਅੱਛਾ, ਬਹੁਤ ਛੇਤੀ ਜਿਹੜੀ ਪ੍ਰੈਸ ਕਾਨਫਰੰਸ ਸਾਨੂੰ ਸੱਦਣੀ ਪਈ ਹੈ, ਕਿਉਂਕਿ ਇਹਦਾ ਕਾਰਨ ਇਹ ਹੈ ਕਿ ਇੱਕ ਯੂਨੀਵਰਸਲ ਪ੍ਰੋਫੈਸ਼ਨਲ ਕਾਲਜ ਹੈ ਆਦਮਪੁਰ, ਉਹਦੇ ਇਹ ਵਿਦਿਆਰਥੀ ਜਿਹੜੇ ਮੇਰੇ ਨਾਲ ਬੈਠੇ ਹੈ ਗੁਰਸੇਵਕ ਸਿੰਘ ਆਤਾਪੁਰ ਤੋਂ ਹੈ ਅਤੇ ਗੁਰਜੰਟ ਸਿੰਘ ਤਲਾਣੀਆਂ ਤੋਂ ਹੈ। ਇਹ ਉੱਥੇ ਪੜ੍ਹਦੇ ਹੈ ਪਰ ਹੁਣ ਕਿਸੇ ਕਾਰਨਾਂ ਕਰਕੇ ਇਹਨਾਂ ਨੇ ਪੜ੍ਹਾਈ ਇਹਨਾਂ ਦੀ ਰੀਪੇਅਰ ਆ ਗਈ, ਇਹਨਾਂ ਨੇ ਛੱਡਤੀ ਹੈ, ਅਤੇ ਇਹ ਆਪਣੇ ਰੀਜਨਲ ਸਰਟੀਫਿਕੇਟ ਜਿਹੜੇ ਪਲੱਸ ਟੂ 10ਵੀਂ ਦੇ ਉਹਨਾਂ ਜਮ੍ਹਾਂ ਕਰਾਏ ਹੋਏ ਆ, ਅਤੇ ਇਹ ਲੈਣ ਗਏ ਕਾਫੀ ਚਿਰ ਤੋਂ, ਇਹ ਉੱਥੇ ਲੈਣ ਜਾ ਰਹੇ ਆ, ਇਹਨਾਂ ਨੂੰ ਸਰਟੀਫਿਕੇਟ ਨਹੀਂ ਦੇ ਰਹੇ। ਕਹਿੰਦੇ ਪਹਿਲਾਂ ਇੱਥੇ ਫੀਸ ਭਰੋ ਫਿਰ ਅਸੀਂ ਸਰਟੀਫਿਕੇਟ ਦੇਵਾਂਗੇ। ਜਦੋਂ ਕਿ ਦਲਿਤ ਵਰਗ ਦੀ ਜਿਹੜੀ ਸਰਕਾਰ ਨੇ ਫੀਸ ਉੱਥੇ ਮਾਫ਼ ਕੀਤੀ ਹੋਈ ਹੈ, ਅਤੇ ਫਿਰ ਵੀ ਇਹਨਾਂ ਤੋਂ 4200 ਰੁਪਇਆ ਲਿਆ ਹੋਇਆ, ਅਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ 18,000 ਰੁਪਇਆ ਤੁਸੀਂ ਹੋਰ ਭਰੋਂਗੇ ਇੱਕ ਜਣਾ, ਅਤੇ ਫਿਰ ਅਸੀਂ ਉਹ ਤੁਹਾਨੂੰ ਸਰਟੀਫਿਕੇਟ ਦੇਵਾਂਗੇ। ਫਿਰ ਇਸ ਸੰਬੰਧ ਵਿੱਚ ਅਸੀਂ ਇਹ ਸਾਡੇ ਕੋਲ ਆਏ ਅਤੇ ਅਸੀਂ ਉਹਨਾਂ ਦੇ ਕਾਲਜ ਕੋਲ ਨਾਲ ਸਿੰਘ ਵੀ ਸੀਗੇ ਉਸ ਟਾਈਮ ਕਾਲਜ ਦੇ ਵਿੱਚ, ਉੱਥੇ ਜਾ ਕੇ ਮਿਲੇ ਅਤੇ ਅਸੀਂ ਕਿਹਾ ਜੀ ਇੱਦਾਂ ਕਰਕੇ ਮੁੰਡਿਆਂ ਦੇ ਸਰਟੀਫਿਕੇਟ ਆ ਵੀ ਬਹੁਤ ਗੇੜੇ ਮਾਰ ਚੁੱਕੇ ਆ ਵੀ ਤੁਸੀਂ ਇਹਨਾਂ ਸਰਟੀਫਿਕੇਟ ਦੇ ਦਿਉ। ਉਹ ਕਹਿੰਦੇ ਗੱਲ ਹੀ ਕੋਈ ਨਹੀਂ ਦੇ ਦਾਂਗੇ, ਹੁਣ ਨਹੀਂ ਗੇੜੇ ਵੱਜਦੇ। ਕਹਿੰਦੇ ਜੀ ਹੋ ਗਿਆ ਬਸ। ਫਿਰ ਅਗਲੇ ਦਿਨ ਜਦੋਂ ਇਹ ਸਰਟੀਫਿਕੇਟ ਲੈਣ ਗਿਆ ਅਤੇ ਇਹਨੂੰ ਉੱਥੇ ਇਹ ਕਿਹਾ ਗਿਆ ਵੀ ਜਿਹਨੂੰ ਮਰਜ਼ੀ ਲਿਆ ਅਸੀਂ ਤੇਰੇ ਸਰਟੀਫਿਕੇਟ ਨਹੀਂ ਦੇਣੇ, ਪਹਿਲਾਂ ਫੀਸ ਜਮ੍ਹਾਂ ਕਰਾ, ਜੇ ਤੇਰੇ ਕੋਲ ਫੀਸ ਨਹੀਂ ਹੈ। ਇਹ ਕਿਹਾ ਕਿ ਗੁਰਪ੍ਰੀਤ ਸਿੰਘ ਜਿਹੜਾ ਚੇਅਰਮੈਨ ਹੈ ਇਸ ਕਾਲਜ ਦਾ ਯੂਨੀਵਰਸਲ ਪ੍ਰੋਫੈਸ਼ਨਲ ਕਾਲਜ ਦਾ, ਉਹਨੇ ਕਿਹਾ ਵੀ ਜਾਂ ਤਾਂ ਇੱਥੇ 2 ਮਹੀਨੇ ਮਜ਼ਦੂਰੀ ਕਰ ਅਤੇ ਤਾਂ ਤੇਰੇ ਹੀ ਸਰਟੀਫਿਕੇਟ ਦੇਵਾਂਗੇ। ਉਹਦੀ ਆਡੀਓ ਰਿਕਾਰਡਿੰਗ ਸਾਡੇ ਕੋਲ ਆ ਅਤੇ ਉਹ ਪ੍ਰੈਸ ਨੂੰ ਵੀ ਅਸੀਂ ਦਿੱਤੀ ਹੈ, ਅਤੇ ਪਰਸੋਂ ਇਹ ਦੱਸਿਆ ਸੀਗਾ ਵੀ ਇਹ। ਫਿਰ ਕਹਿੰਦਾ ਜੇ 2 ਮਹੀਨੇ ਨਹੀਂ ਤਾਂ 1 ਮਹੀਨੇ ਮਜ਼ਦੂਰੀ ਕਰ ਲੈ ਫਿਰ ਤੇਰੇ ਸਰਟੀਫਿਕੇਟ ਦੇਵਾਂਗੇ। ਸੋ ਇਹਨੂੰ ਉੱਦਾਂ ਹੀ ਬੇਰੰਗ ਪ੍ਰਤਾਤਾ। ਇੱਦਾਂ ਦੇ ਫਿਰ ਇੱਕ ਨੌਜਵਾਨ ਹੋਰ ਆਇਆ ਆਤਾਪੁਰ ਤੋਂ ਹੈ, ਇਹਦੇ ਵੀ ਸਰਟੀਫਿਕੇਟਾਂ ਦੇ ਇਹੀ ਮਸਲਾ। ਇਹਨਾਂ ਨੇ ਐਫੀਡੈਵਿਟ ਦਿੱਤੇ ਹੈ ਸਾਨੂੰ ਵੀ ਇਹ ਜਿਹੜੇ ਸਾਡੇ 'ਤੇ ਗੇੜੇ ਮਰਾ ਮਰਾ ਕੇ ਸਾਡੇ ਬੁਰਾ ਹਾਲ ਕਰਤਾ ਇਹਨਾਂ ਨੇ, ਅਤੇ ਸਾਡੀ ਸੁਣਵਾਈ ਨਹੀਂ ਹੈ। ਅਤੇ ਮੈਂ ਸਮਝਦਾ ਇੱਦਾਂ ਦੇ ਕਈ ਬੱਚੇ ਜਿਹੜੇ ਸਰਕਾਰ ਵੱਲੋਂ ਜਿਨ੍ਹਾਂ ਦੀ ਫੀਸ ਮਾਫ਼ ਹੈ ਦਲਿਤ ਬੱਚਿਆਂ ਦੀ, ਉਹ ਇੰਨਾ ਹਰਾਸਮੈਂਟ ਕਰਦੇ ਆ ਕਾਲਜ ਵਾਲੇ ਕਿ ਅੱਜ ਇਹਨਾਂ ਨੂੰ ਪ੍ਰੈਸ ਦੇ ਸਾਹਮਣੇ ਆਉਣ ਲਈ ਮਜਬੂਰ ਹੋ ਗਿਆ ਕਿ ਇਹਨਾਂ ਦੇ ਪੇਰੈਂਟਸ ਜਿਹੜੇ ਗਰੀਬ ਹੈ ਘਰੋਂ ਸਾਰੇ। ਅਤੇ ਜੇ ਇਹ ਕਾਲਜ ਵਾਲਿਆਂ ਨੂੰ ਆਪਾਂ ਪੁੱਛੀਏ ਇਹ ਕਹਿੰਦੇ ਹੈ ਵੀ ਸਾਨੂੰ ਸਰਕਾਰ ਨੇ ਫੀਸ ਨਹੀਂ ਦਿੱਤੀ। ਫਿਰ ਇਹ